ਪਹਾੜਾਂ ਦੇ ਵਿੱਚ ਬੱਦਲ ਫਟਣ ਤੋਂ ਬਾਅਦ ਭਿਆਨਕ ਤਬਾਹੀ ਮਚੀ ਹੈ ਤੇ ਇਸ ਦੇ ਨਾਲ ਹੀ ਬਿਆਸ ਦਰਿਆ ਅਤੇ ਮਹਾਦੇਵ ਨਾਲੇ ਦੇ ਵਿੱਚ ਹੜ੍ਹ ਆ ਗਿਆ। ਤਾਂ ਦੱਸ ਦਈਏ ਕਿ ਬਿਆਸ ਦਰਿਆ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਸਾਫ ਦੇਖਿਆ ਜਾ ਸਕਦਾ ਹੈ ਕਿ ਪਾਣੀ ਦੀ ਰਫ਼ਤਾਰ ਕਾਫ਼ੀ ਜ਼ਿਆਦਾ ਵਧੀ ਹੋਈ ਹੈ ਅਤੇ ਇਸ ਦੇ ਨਾਲ ਹੀ ਮਹਾਦੇਵ ਨਾਲੇ ਦੇ ਵਿੱਚ ਵੀ ਜੋ ਹੈ ਪਾਣੀ ਕਾਫ਼ੀ ਜ਼ਿਆਦਾ ਤੇਜ਼ ਆਇਆ। ਤਾਂ ਦੱਸ ਦਈਏ ਕਿ ਲੇਹ ਹਾਈਵੇ ਵੀ ਇਸ ਦੇ ਕਾਰਨ ਬੰਦ ਕਰ ਦਿੱਤਾ ਗਿਆ। ਹਿਮਾਚਲ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਬੱਦਲ ਫਟਿਆ ਅਤੇ ਬੱਦਲ ਫਟਣ ਦੇ ਨਾਲ ਨਾਲ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜੋ ਹੈ ਕਾਫ਼ੀ ਜ਼ਿਆਦਾ ਵਧਿਆ ਅਤੇ ਲੋਕਾਂ ਨੂੰ ਹੁਣ ਬਿਆਸ ਦਰਿਆ ਤੋਂ ਦੂਰ ਹੀ ਰਹਿਣ ਦੀ ਅਪੀਲ ਕੀਤੀ ਗਈ ਹੈ। ਦੱਸ ਦਈਏ ਕਿ ਪਹਾੜਾਂ ਦੇ ਵਿੱਚ ਜਿੱਥੇ ਬਿਆਸ ਦਰਿਆ 'ਚ ਪਾਣੀ ਦਾ ਪੱਧਰ ਵਧਿਆ, ਪਾਣੀ ਦਾ ਵਹਾਅ ਤੇਜ਼ ਹੋਇਆ, ਉੱਥੇ ਹੀ ਪੰਜਾਬ ਦੇ ਵਿੱਚੋਂ ਜਦੋਂ ਬਿਆਸ ਦਰਿਆ ਨਿਕਲਦਾ ਤਾਂ ਇੱਥੇ ਵੀ ਪਾਣੀ ਜੋ ਹੈ ਕਾਫ਼ੀ ਜ਼ਿਆਦਾ ਵਧਿਆ ਹੋਇਆ ਅਤੇ ਇਸ ਦੇ ਨਾਲ ਹੀ ਲੋਕਾਂ ਨੂੰ ਵੀ ਇਸ ਤੋਂ ਦੂਰ ਰਹਿਣ ਦੀ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਗਈ ਹੈ। ਤਾਂ ਇਹ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿ ਪਹਾੜਾਂ ਦੇ ਵਿੱਚ ਜੋ ਬਰਸਾਤਾਂ ਦੇ ਦਿਨਾਂ 'ਚ ਤਬਾਹੀ ਮੱਚਦੀ ਹੈ ਉਹ ਇੱਕ ਵਾਰ ਮੁੜ ਤੋਂ ਮੱਚਣੀ ਸ਼ੁਰੂ ਹੋ ਚੁੱਕੀ ਹੈ। ਬਿਆਸ ਦਰਿਆ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪਾਣੀ ਕਿੰਨੀ ਸਪੀਡ ਦੇ ਨਾਲ ਚੱਲ ਰਿਹਾ ਅਤੇ ਜੋ ਲੇਹ ਹਾਈਵੇ ਹੈ ਉਹ ਵੀ ਅੱਧਾ ਟੁੱਟ ਚੁੱਕਿਆ ਜਿਸ ਦੇ ਕਾਰਨ ਹੁਣ ਇਸ ਨੂੰ ਬੰਦ ਕਰ ਦਿੱਤਾ ਗਿਆ।